ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਸ਼ਹੀਦਾਂ ਸਿੰਘਾਂ ਦੇ ਗ੍ਰਹਿ ਵਿਖੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਹੁੰਚੇ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਖੇਤਰੀ ਸਿੰਘ ਵੀ ਪਹੁੰਚੇ ਨੇ। ਇੱਥੇ ਆਉਣ ਦਾ ਸਬੱਬ ਇਸ ਤਰ੍ਹਾਂ ਬਣਿਆ ਕਿ 8 ਅਪ੍ਰੈਲ ਇਸੇ 2016 ਨੂੰ ਭਾਈ ਜੁਗਰਾਜ ਸਿੰਘ ਤੂਫਾਨ ਦਾ ਸ਼ਹੀਦੀ ਦਿਹਾੜਾ ਸੀ। ਉਸ ਸ਼ਹੀਦੀ ਦਿਹਾੜੇ ਤੋਂ ਪਰਤਦਿਆਂ ਇਸ ਪਰਿਵਾਰ ਕੋਲ 10 ਜਾਂ 15 ਮਿੰਟ ਰੁਕਿਆ ਸਾਂ। ਜੋ ਪਰਿਵਾਰ ਦੀ ਹਾਲਤ ਆ, 4 ਜੀ ਜਿਨ੍ਹਾਂ ਨੇ ਸ਼ਹੀਦ ਕਰਵਾਏ ਹੋਣ, ਸਾਡੇ ਸਿੱਖ ਕਸ਼ਮੀਰ 'ਚ ਜਾਂਦੇ ਆ ਕਿ ਮਕਬੂਲ ਭੱਟ ਦੀ ਮਾਤਾ ਦੀ ਜੋ ਕੁਰਬਾਨੀ ਆ, ਉਹਨਾਂ 3 ਪੁੱਤ ਜਿਹੜੇ ਆ ਕਸ਼ਮੀਰ ਮੂਵਮੈਂਟ ਵਾਸਤੇ ਸ਼ਹੀਦੀ ਜਿਹੜੀ ਉਹਨਾਂ ਪ੍ਰਾਪਤ ਕੀਤੀ। ਸੋ ਮਾਤਾ ਜੀ ਹੁਣਾਂ ਦੇ 3 ਪੁੱਤ ਸਨ, ਘਰ 'ਚ ਕੋਈ ਮਰਦ ਨਹੀਂ ਬਚਿਆ। ਪਤੀ ਦੀ ਸ਼ਹਾਦਤ, ਪੁੱਤਰਾਂ ਦੀ ਸ਼ਹਾਦਤ, ਉਹਨਾਂ ਦੀ ਬੇਟੀ ਇਹਨਾਂ ਕੋਲ ਰਹਿ ਰਹੀ ਆ, ਉਹਨਾਂ ਦੀਆਂ ਬੱਚੀਆਂ ਅੱਗੇ ਪੜ੍ਹ ਰਹੀਆਂ। ਪੜ੍ਹਾਈ ਦੇ ਜੋ ਮਹਿੰਗੇ ਖਰਚੇ ਨੇ, ਵਪਾਰੀਕਰਨ ਵਿੱਦਿਆ ਦਾ ਹੋਇਆ, ਜੇ ਸਰਦਾਰ ਮਾਨ ਹੁਣੀ ਇਹ ਗੱਲ ਕਹਿ ਰਹੇ ਨੇ ਕਿ ਸਮੇਂ ਨੂੰ ਆਪਾਂ ਬਦਲੀਏ, ਸਾਥ ਦੇਈਏ ਉਹਨਾਂ ਦਾ। ਸੋ ਇੱਥੇ ਆ ਕਿ ਜੋ ਵਿੱਦਿਆ ਦਾ ਵਪਾਰੀਕਰਨ ਹੋ ਗਿਆ, ਬੱਚੀਆਂ ਨੂੰ ਪਰਿਵਾਰ ਨੇ ਪੜ੍ਹਾਇਆ ਅਤੇ ਕਰਜ਼ੇ ਹੇਠ ਆ ਗਏ। ਸੋ ਕਰਜ਼ਾ ਜਿਹੜਾ ਲੱਖਾਂ 'ਚ ਸੀ, ਅਤੇ ਇਹ ਜਿਹੜੇ ਘਰ ਦੀ ਹਾਲਤ ਆ, ਤੁਸੀਂ ਅੰਦਰ ਜਾ ਕੇ ਵੇਖ ਆਏ ਹੋ, ਘਰ ਦੀ ਜਿਹੜੀ ਛੱਤ ਆ ਉਹ ਬਾਲਿਆਂ ਵਾਲੀ ਆ। ਅੱਜ ਦੇ ਸਮੇਂ 'ਚ ਹਰ ਇੱਕ ਬੰਦੇ ਦੀ ਛੱਤ ਲਿੰਟਰ ਵਾਲੀ ਆ, ਕੋਠੀਆਂ ਪਈਆਂ ਹੋਈਆਂ, ਮਾਡਰਨ ਜ਼ਮਾਨਾ ਆ ਗਿਆ। ਸੋ ਸੰਗਤ ਨੇ ਭਰਪੂਰ ਸਾਥ ਦਿੱਤਾ ਹੋਇਆ, ਅਸੀਂ ਧੰਨਵਾਦ ਕਹਿੰਦੇ ਹਾਂ। ਸੋ ਇੱਥੇ ਇੱਕ ਇਹ ਵੀ ਖੁਸ਼ੀ ਦੀ ਗੱਲ ਹੈ, ਜਿਵੇਂ ਸਰਦਾਰ ਮਾਨ ਹੁਣਾਂ ਨੇ ਪਾਰਟੀ ਦੀ ਲੀਡਰਸ਼ਿਪ ਜੋ UK ਤੋਂ ਸਰਦਾਰ ਜਗਵਿੰਦਰ ਸਿੰਘ, ਸਰਦਾਰ ਜਗਦੀਪ ਸਿੰਘ ਹੁਣਾਂ ਨੇ 1 ਲੱਖ ਰੁਪਇਆ ਭੇਜਿਆ, ਸਰਦਾਰ ਮਾਨ ਹੁਣਾਂ ਨੇ ਹੁਣੇ ਭੇਟ ਕੀਤਾ। ਸੋ ਬਾਕੀ ਵੀ ਸਿੱਖ ਸੰਗਤਾਂ ਨੇ ਕਾਫੀ ਸਹਿਯੋਗ ਕੀਤਾ। ਇਸ ਚੀਜ਼ ਦਾ ਐਲਾਨ ਕਰਦਿਆਂ ਸਾਨੂੰ ਖੁਸ਼ੀ ਆ ਕਿ ਕੁਝ ਮਹੀਨਿਆਂ ਦੇ ਅੰਦਰ ਇਸ ਪਰਿਵਾਰ ਦਾ ਆਪਣਾ ਘਰ ਬਣ ਜਾਊਗਾ, ਜੋ ਹੁਣ ਤੱਕ ਸੇਵਾ ਆ ਗਈ ਆ, ਅਤੇ ਸਾਰਾ ਕਰਜ਼ਾ ਵੀ ਦਿਨਾਂ 'ਚ ਲੱਥ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।